ਇਹ ਮੈਂ ਤੁਹਾਨੂੰ ਦਿਖਾ ਰਿਹਾ ਜੀ ਅੱਜ 19 ਨਵੰਬਰ 2021 ਦਾ ਅਖਬਾਰ ਪੰਜਾਬ ਕੇਸਰੀ ਪਟਿਆਲਾ ਕੇਸਰੀ ਜਿਹਦੇ 'ਚ ਸਾਡੇ ਮੇਅਰ ਸੰਜੀਵ ਸ਼ਰਮਾ ਬਿੱਟੂ ਜੀ ਦਾ ਇੱਕ ਬਿਆਨ ਲੱਗਿਆ ਪਿਆ ਜਿਹਦੇ 'ਚ ਉਹ ਕਹਿ ਰਹੇ ਨੇ ਵੀ ਬ੍ਰਹਮ ਮਹਿੰਦਰਾ ਜੀ ਲੋਕਤੰਤਰ ਦਾ ਕਾਨ ਕਰ ਰਹੇ ਨੇ। ਚਲੋ ਇਹ ਇਹਨਾਂ ਦਾ ਆਪਸੀ ਅੰਦਰੂਨੀ ਮਾਮਲਾ ਹੋ ਸਕਦਾ ਕਾਂਗਰਸ ਦਾ, ਪਰ ਮੈਂ ਗੱਲ ਉਹਨੇ ਕਰਨ ਲੱਗਿਆ ਲੋਕਤੰਤਰ ਦੇ ਕਾਨ ਦੀ ਗੱਲ ਜਿਹੜੀ ਮੇਅਰ ਸਾਹਿਬ ਕਰਦੇ ਨੇ। ਇਹ ਅੱਜ ਮੇਅਰ ਸਾਹਿਬ ਕਿਹੜੇ ਮੂੰਹ ਦੇ ਨਾਲ ਲੋਕਤੰਤਰ ਦੇ ਕਾਨ ਹੋਣ ਦੀਆਂ ਗੱਲਾਂ ਕਰਦੇ ਨੇ। ਮੈਂ ਇਹਨਾਂ ਨੂੰ ਉਹ ਦਿਨ ਯਾਦ ਕਰਾਉਣਾ ਚਾਹੁੰਦਾ 2017 ਦਾ, ਜਦੋਂ ਇਹ ਕੌਂਸਲਰ ਦੀ ਚੋਣਾਂ ਦੇ ਵਿੱਚ ਖੜ੍ਹੇ ਹੋਏ ਸੀ, ਆਪਣੇ ਨਾਲ ਦੇ ਉਮੀਦਵਾਰਾਂ ਦੇ ਕਾਗਜ਼ ਇਹਨਾਂ ਨੇ ਰੱਦ ਕਰਵਾਤੇ ਸੀ, ਅਤੇ ਉਸ ਦਿਨ ਕੀ ਲੋਕਤੰਤਰ ਦਾ ਕਾਨ ਨਹੀਂ ਹੋਇਆ ਸੀ, ਅੱਜ ਜ਼ਿਆਦਾ ਲੋਕਤੰਤਰ ਦਾ ਕਾਨ ਹੋ ਰਿਹਾ। ਫਿਰ ਇਹ 23 ਜਨਵਰੀ 2018 ਦੇ ਵਿੱਚ ਪਟਿਆਲੇ ਸ਼ਹਿਰ ਦੇ ਮੇਅਰ ਬਣਦੇ ਨੇ, 2 ਤੋਂ 3 ਜਾਂ 4 ਕੌਂਸਲਰ ਇਹਨਾਂ ਦੇ ਨਾਲ ਹੋਣੇ। ਸੀਨੀਅਰ ਕੌਂਸਲਰਾਂ ਦਾ ਹੱਕ ਮਾਰ ਕੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਨੇ ਇਹਨਾਂ ਨੂੰ ਮੇਅਰ ਬਣਾਇਆ ਸੀ ਨਿਯਮਾਂ ਦੇ ਉਲਟ ਜਾ ਕੇ। ਕੀ ਉਸ ਦਿਨ ਲੋਕਤੰਤਰ ਦਾ ਕਾਨ ਨਹੀਂ ਹੋਇਆ ਸੀ, ਅੱਜ ਜ਼ਿਆਦਾ ਲੋਕਤੰਤਰ ਦਾ ਕਾਨ ਹੋਇਆ। ਜਦੋਂ ਮੇਅਰ ਬਣਨ ਤੋਂ ਬਾਅਦ ਪਿਛਲੇ 4 ਸਾਲ ਤੋਂ ਜਿਹੜੇ ਇਹਨਾਂ ਦੇ ਨਾਲ ਦੇ ਕੌਂਸਲਰ ਨੇ, ਇਹਨਾਂ ਦੇ ਜਿਹੜੇ ਗੁੰਡੇ ਨੇ, ਸ਼ਹਿਰ ਦੇ ਵਿੱਚ ਇਹਨਾਂ ਨੇ ਕਿਹੜਾ ਮਕਾਨ ਪਲਾਟ ਦੁਕਾਨ 'ਤੇ ਕਬਜ਼ਾ ਨਹੀਂ ਕੀਤਾ, ਕਿ ਉਦੋਂ ਲੋਕਤੰਤਰ ਦਾ ਕਾਨ ਨਹੀਂ ਹੋ ਰਿਹਾ ਸੀ, ਅੱਜ ਜ਼ਿਆਦਾ ਲੋਕਤੰਤਰ ਦਾ ਕਾਨ ਹੋ ਰਿਹਾ। ਇਹ ਜਿਹੜੇ ਮੇਅਰ ਸਾਹਿਬ ਆਪ ਨੇ ਲਗਾਤਾਰ 5 ਸਾਲ ਦੇ ਜਦੋਂ ਇਹਨਾਂ ਦੀ ਸਰਕਾਰ ਆਈ ਹੈ, ਧਾਰਮਿਕ ਪ੍ਰੋਗਰਾਮ ਰੋਕ ਰਹੇ ਨੇ ਨਿਯਮਾਂ ਤੋਂ ਉਲਟ ਜਾ ਕੇ, ਕਿ ਉਦੋਂ ਲੋਕਤੰਤਰ ਦਾ ਕਾਨ ਨਹੀਂ ਹੋਇਆ। ਇੱਕ ਨਿਊ ਮਹਾਵੀਰ ਸੇਵਾ ਦਲ ਸੰਸਥਾ ਹੈ ਮਹਾਵੀਰ ਮੰਦਿਰ ਚੌਂਕ ਦੇ ਵਿੱਚ, ਉਹਦਾ 4.5 ਸਾਲ ਹੋ ਗਏ ਬਿਜਲੀ ਦਾ ਮੀਟਰ ਕਟਵਾਇਆ ਪਿਆ ਨਿਯਮਾਂ ਤੋਂ ਉਲਟ ਜਾ ਕੇ, ਕਿ ਉਦੋਂ ਲੋਕਤੰਤਰ ਦਾ ਕਾਨ ਨਹੀਂ ਹੋਇਆ ਸੀ। ਅਤੇ ਮੈਂ ਗੱਲ ਕਰਾਂਗਾ ਜੇ ਇਹ ਜ਼ਮੀਨ ਦੱਬਣ ਲੱਗੇ ਸੀ ਮੋਦੀ ਕਾਲਜ ਦੇ ਬਾਹਰ ਮੰਦਿਰ ਵਾਲੀ ਜ਼ਮੀਨ, ਇੱਕ ਰਜਨੀ ਸ਼ਰਮਾ ਔਰਤ ਹੈ ਜਿਹੜੀ ਲਗਾਤਾਰ 1.5 ਮਹੀਨਾ ਭੁੱਖ ਹੜਤਾਲ 'ਤੇ ਬੈਠੀ ਰਹੀ, ਉਦੋਂ ਉਹਨਾਂ ਦੇ ਐਲੀਗੇਸ਼ਨ ਲੱਗੇ ਮੇਅਰ ਸਾਹਿਬ 'ਤੇ ਵੀ ਇਹ ਜ਼ਮੀਨ ਦੱਬ ਰਹੇ ਨੇ। ਉਹਦੇ ਨਾਲ ਜਾ ਕੇ ਗੱਲ ਤਾਂ ਕੀ ਕਰਨੀ ਸੀ, ਉੱਚ ਅਧਿਕਾਰੀ ਭੇਜ ਕੇ ਉਹ 'ਤੇ ਦਬਾਅ ਪਾਇਆ ਜਾਂਦਾ ਸੀ ਵੀ ਤੂੰ ਉੱਠ ਜਾ, ਕਿ ਉਸ ਦਿਨ ਲੋਕਤੰਤਰ ਦਾ ਕਾਨ ਨਹੀਂ ਹੋ ਰਿਹਾ ਸੀ। ਮੈਂ ਜਿਹੜਾ ਜਿਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਲੋਕਤੰਤਰ ਦਾ ਜ਼ਿਆਦਾ ਕਾਨ ਹੋ ਰਿਹਾ, ਤੁਹਾਡੇ ਨਾਲ ਦੇ ਕੌਂਸਲਰ ਨੇ ਸਾਰੇ ਸ਼ਹਿਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਬਣਾਈਆਂ, ਦਾਰੂ ਸੱਟਾ ਸਮੈਕ ਸਾਰਾ ਬੁੱਕ ਦੀ ਗੱਲ ਕਰ ਲਈਏ, ਸਾਰਾ ਕੰਮ ਤੁਹਾਡੀ ਦੇਖ ਰੇਖ ਦੇ ਵਿੱਚ ਹੋਇਆ, ਕਿ ਉਦੋਂ ਲੋਕਤੰਤਰ ਦਾ ਕਾਨ ਨਹੀਂ ਹੋ ਰਿਹਾ ਸੀ, ਅੱਜ ਲੋਕਤੰਤਰ ਦਾ ਜ਼ਿਆਦਾ ਕਾਨ ਹੋ ਰਿਹਾ। ਅਤੇ ਜਿਹੜੀ ਮੈਂ ਗੱਲ ਕਰਨ ਲੱਗਿਆ ਵੀ ਤੁਸੀਂ ਅੱਜ ਉਹ ਕਹਾਵਤ ਸੱਚ ਕਰਤੀ, ਜਿਸ ਤਨ ਲਾਗੇ ਸੋ ਤਨ ਜਾਣੇ, ਅੱਜ ਜੇ ਤੁਹਾਡੇ 'ਤੇ ਆਈ ਹੈ ਤਾਂ ਤੁਹਾਨੂੰ ਅੱਜ ਬੜਾ ਲੱਗ ਰਿਹਾ ਵੀ ਲੋਕਤੰਤਰ ਦਾ ਕਾਨ ਹੋ ਰਿਹਾ, ਜਿਹੜਾ ਤੁਸੀਂ ਆਪ 5 ਸਾਲ ਗੁੰਡਾਗਰਦੀ ਕੀਤੀ, ਪੂਰੀ ਸ਼ਹਿਰ ਦੇ ਵਿੱਚ ਕਹਿਰ ਮਚਾਇਆ, ਉਹ ਤੁਹਾਨੂੰ ਅੱਜ ਯਾਦ ਨਹੀਂ। ਸ਼ਹਿਰ ਦੇ ਵਿੱਚ ਅੱਜ ਬੜੀ ਖੁਸ਼ੀ ਦੀ ਲਹਿਰ ਹੈ, ਜਿਹੜੇ ਕੌਂਸਲਰਾਂ ਵੱਲੋਂ ਮਿਲ ਕੇ ਜੋ ਇਹ ਕੰਮ ਕੀਤਾ ਜਾ ਰਿਹਾ। ਲੋਕ ਤੁਸੀਂ, ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ, ਤੁਸੀਂ ਸੋਸ਼ਲ ਮੀਡੀਆ 'ਤੇ ਚੈੱਕ ਕਰੋ, ਜਿੱਥੇ ਵੀ ਤੁਹਾਡੀ ਪੋਸਟਾਂ ਪਈਆਂ ਉਹਨਾਂ 'ਚ ਕਮੈਂਟ ਪੜੋ, ਤੁਹਾਨੂੰ ਪਤਾ ਚੱਲ ਜਾਏਗਾ ਵੀ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਹੈ। ਤੁਹਾਡੇ ਨਾਲ ਦੇ ਕੌਂਸਲਰ ਜਿਹੜੇ ਅੱਜ ਤੁਹਾਡੇ 'ਤੇ FNCC ਦੀ ਮੀਟਿੰਗ ਕੈਂਸਲ ਹੋਣ 'ਤੇ ਉਹ ਤੁਹਾਡੇ 'ਤੇ ਲਾ ਰਹੇ ਨੇ ਇਲਜ਼ਾਮ ਵੀ ਮੇਅਰ ਸਾਹਿਬ ਤਾਂ ਮੁਖਲਾਏ ਪਏ ਨੇ ਵੀ ਜਿਹੜੇ 18 ਕਰੋੜ ਦੇ ਟੈਂਡਰ ਪਾਸ ਹੋਣੇ ਸੀ ਉਹਦੇ 'ਚ 6% ਕਮਿਸ਼ਨ ਦੇ ਹਿਸਾਬ ਦੇ ਨਾਲ 90 ਲੱਖ ਰੁਪਇਆ ਤੁਹਾਨੂੰ ਆਉਣਾ ਸੀ ਜੀ, ਜਿਹੜਾ ਕਿ ਤੁਹਾਨੂੰ ਨਹੀਂ ਆ ਰਿਹਾ, ਇਸ ਕਰਕੇ ਤੁਸੀਂ ਬੌਂਦਲੇ ਪਏ ਹੋ। ਅਤੇ ਪਰ ਅਸੀਂ ਜਿਹੜੇ ਸ਼ਹਿਰ ਦੇ ਕੌਂਸਲਰ ਹੈ ਇਹਨਾਂ ਦੀ ਕਰਾਂਗੇ ਵੀ ਬੜਾ ਵਧੀਆ ਕੰਮ ਕਰ ਰਹੇ ਨੇ, ਇਹਨਾਂ ਦੇ ਇਸ ਸਟੈਪ ਦੇ ਨਾਲ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਟਿਆਲੇ ਨਗਰ ਨਿਗਮ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਐਸਾ ਅਜਿਹਾ ਮੇਅਰ ਆਇਆ ਜਿਹਨੇ ਜਿਹੜਾ ਕੌਂਸਲਰ ਦੇ ਬੈਠਣ ਵਾਲਾ ਰੂਮ ਹੈ ਉਹ ਤੁਸੀਂ ਉਹਨਾਂ ਤੋਂ ਖੋਲਿਆ ਸੀ, ਅੱਜ ਤੁਸੀਂ ਉਹਨਾਂ ਨੂੰ ਕੌਂਸਲਰਾਂ ਨੂੰ ਆਪਣੇ ਨਾਲ ਚੱਲਣ ਦੀਆਂ ਗੱਲਾਂ ਕਰਦੇ ਹੋ। ਤੁਸੀਂ 4 ਸਾਲ ਕੌਂਸਲਰਾਂ ਨੂੰ ਟਿੱਚ ਨਹੀਂ ਸਮਝਿਆ, ਕਿਸੇ ਦਾ ਕੋਈ ਕੰਮ ਨਹੀਂ ਕੀਤਾ, ਅਤੇ ਉਹਨਾਂ ਦਾ ਜਿਹੜਾ ਕਮਰਾ ਸੀ ਕੌਂਸਲਰ ਦੇ ਬੈਠਣ ਦਾ ਕਮਰਾ, ਤੁਸੀਂ ਉਹਨਾਂ ਦਾ ਕਮਰਾ ਖੋਇਆ, ਅਤੇ ਅੱਜ ਤੁਸੀਂ ਸੋਚਦੇ ਹੋ ਕੌਂਸਲਰ ਤੁਹਾਡੇ ਨਾਲ ਚੱਲ ਪੈਣ, ਅਤੇ ਤੁਸੀਂ ਇਹ ਤੁਹਾਡਾ ਵਹਿਮ ਹੈ ਤਾਂ ਇਹ ਬੜੀ ਜਲਦੀ ਜਿਹੜਾ ਵਹਿਮ ਹੈ ਤੁਹਾਡਾ ਨਿਕਲ ਜਾਏ।